9 ਵਜੇ ਅਜੇ ਆਹ ਨੀਂਦ ਖਰਾਬ ਕਰਤੀ ਆ। ਲੈ ਦੱਸ ਹੋਰ ਕਿੰਨਾ ਕੁ ਤੂੰ ਸੌਣਾ ਆ? ਅੱਛਾ ਅੱਛਾ ਹੁਣੇ ਜਾਣਾ? ਆਹੋ ਭੈਣ ਜੀ, ਸਮਾਨ ਤੇ ਮੈਂ ਵੀ ਲਿਆਉਣਾ ਸੀ ਥੋੜਾ ਜਿਹਾ। ਚਲੋ ਫਿਰ ਮੈਂ ਆਉਣੀ ਆ। ਤੁਸੀਂ ਅੱਜ ਜਲਦੀ ਆ ਗਏ, ਮੈਂ ਹੀ ਆ। ਆ ਕੀ ਹਾਲ ਬਣਾਇਆ ਵਾ? ਹਾਲ ਕੀ ਆ, ਫੇਸ ਪੈਕ ਲਾਇਆ ਮੈਂ। ਫੇਸ ਤਾਂ ਕਵਰ ਹੋ ਗਿਆ, ਬਾਹਾਂ ਵੀ ਠੀਕ ਆ, ਪਰ ਪੈਰਾਂ ਦਾ ਕੀ ਕਰਾਂ? ਸੌਕਸ ਪਾਉਣੀ ਆ। ਠੀਕ ਆ, ਫੇਰ ਹੀ ਜਾਊਂਗੀ ਉੱਪਰ। ਹਾਏ ਹਾਏ, ਧੁੱਪ ਵੀ ਕਿੰਨੀ ਆ। ਰੱਬਾ ਕਿਤੇ 2 ਮਿੰਟ ਵਾਸਤੇ ਬੱਦਲ ਹੀ ਕਰ ਦੇ, ਤਾਂ ਕਿ ਮੈਂ ਕੱਪੜੇ ਤੇ ਲਾਵਾਂ। ਹੱਥ ਇੰਨੀ ਧੁੱਪ 'ਚ ਕਿਤੇ ਕਾਲੇ ਨਾ ਆ ਜਾਣਾ। ਇੱਦਾਂ ਕਰਦੀ ਹਾਂ। ਸੰਦੀਪ, ਆ ਕੀ ਕਰਨ ਦੀ ਆ? ਉਹ ਮੰਮੀ ਜੀ, ਮੈਂ ਨਾ ਕੋਠੇ ਦੇ ਕੱਪੜੇ ਲੈਣ ਗਈ ਸੀ ਤੇ ਧੁੱਪ ਬੜੀ ਸੀ, ਮੈਂ ਹਾਂ ਮੂੰਹ ਮਾਂ ਢੱਕ ਕੇ ਜਾਂਦੀ ਹਾਂ, ਧੁੱਪ ਵਿੱਚ ਨਾ ਫਿਰ ਟੈਨਿਕ ਹੋ ਜਾਂਦੀ ਫੇਸ 'ਤੇ। ਆ ਜਰਾਬਾਂ ਪਾਈਆਂ ਪੈਰਾਂ 'ਤੇ ਵੀ ਹੋ ਜਾਂਦੀ ਆ? ਮੈਂ ਤਾਂ ਸਾਰਾ ਬਾਜ਼ਾਰ ਘੁੰਮ ਆਈ ਆ, ਮੈਨੂੰ ਤਾਂ ਨਹੀਂ ਫਰਕ ਕੋਈ ਵੀ ਪਿਆ। ਮੰਮੀ ਜੀ, ਹੁਣ ਤੁਸੀਂ ਨਹੀਂ ਧਿਆਨ ਦਿੰਦੇ ਆਪਣੀ ਸਕਿਨ ਵੱਲ, ਤਾਂ ਮੈਂ ਕੀ ਕਰਾਂ? ਤੁਹਾਨੂੰ ਤਾਂ ਮੈਂ ਕਿਹਾ ਤੁਸੀਂ ਮੂੰਹ ਮਾਂ ਢੱਕ ਕੇ ਰੱਖਿਆ ਕਰੋ। ਨਹੀਂ, ਮੈਨੂੰ ਨਹੀਂ ਜ਼ਰੂਰਤ, ਮੇਰਾ ਇੱਦਾਂ ਹੀ ਠੀਕ ਕਰਾਂਗਾ। ਆ ਲੈ ਫੜ, ਨਿੰਬੂ ਕੱਢ ਲਾ। ਲਿਆਓ ਨਿੰਬੂ, ਤਾਂ ਬੜੇ ਵਧੀਆ, ਪਰ ਆ ਚਾਰ ਕੀ ਆ? ਮਹਿੰਗੇ ਪਤਾ ਕਿੰਨੇ ਆ? ਮਾਸਾ ਜ਼ਿਆਦਾ ਲਿਆਉਂਦੇ ਫਿਰ ਕੀ ਮਹਿੰਗੇ? ਇੰਨੇ ਜ਼ਿਆਦਾ ਤੂੰ ਕੀ ਕਰਨੇ ਇੱਕੋ ਵਾਰੀ? ਆ ਥੋੜ੍ਹੇ ਆ, 4-5 ਆ ਗਏ ਆ। ਚਲੋ ਠੀਕ ਆ, ਜਾ ਪਾਣੀ ਲਿਆ, ਘੁੱਟ ਮੈਨੂੰ ਦੇ ਪਾਣੀ ਲਿਆ ਕੇ। ਲਿਆ ਦੇਣੀ ਪਾਣੀ ਵੀ। ਸਾਰਾ ਦਿਨ ਪਤਾ ਨਹੀਂ ਕੀ ਕਰਦੀ ਰਹਿੰਦੀ ਆ, ਕਦੀ ਆਹ ਲਾ ਲਿਆ, ਕਦੀ ਉਹ ਲਾ ਲਿਆ, ਕਦੀ ਆਹ ਲਾ ਲਿਆ। ਕੰਮ ਵੱਲ ਤਾਂ ਕੋਈ ਧਿਆਨ ਹੀ ਨਹੀਂ ਇਹਦਾ। ਆ ਲਓ ਮੰਮੀ ਜੀ ਪਾਣੀ। ਸੰਦੀਪ, ਹਾਂਜੀ, ਜਾ ਮੈਨੂੰ ਘੁੱਟ ਕੇ ਚਾਹ ਬਣਾ ਕੇ ਦੇ। ਚਾਹ? ਮੰਮੀ ਜੀ ਦੁੱਧ ਘੱਟ ਵਾ, ਚਾਹ ਰਹਿਣ ਦਿਓ ਤੁਸੀਂ। ਹਾਏ, ਦੁੱਧ ਘੱਟ ਆ, ਰੋਜ਼ ਇੰਨਾ ਹੀ ਦੁੱਧ ਹੁੰਦਾ ਆ, ਮੇਰੇ ਲਈ ਬਣਾ ਦੇ ਇੱਕ ਕੱਪ ਜੇ ਘੱਟ ਆ ਤੇ। ਮੰਮੀ ਜੀ ਦੁੱਧ ਮੈਨੂੰ ਨਾ ਚਾਹੀਦਾ ਵਾ। ਨਹੀਂ ਤੂੰ ਦੁੱਧ ਕੀ ਕਰਨਾ, ਉਹਨੇ ਇੱਕ ਦਾ ਪਨੀਰ ਬਣਾ ਕੇ ਖਾਣਾ ਆ। ਓਹ ਮੰਮੀ, ਮੈਂ ਪਨੀਰ ਨਹੀਂ ਬਣਾਉਣਾ, ਮੈਂ ਨਾ ਤਜਿੰਦਰ ਕਾ ਕੌਫੀ ਮੰਗਾਈ ਅਤੇ ਕੌਫੀ ਪੀਣੀ ਅੱਜ ਮੈਂ। ਹਾਏ, ਤੈਨੂੰ ਕਿੱਥੋਂ ਚਾਹ ਚੜ ਗਿਆ ਕੌਫੀ ਦਾ, ਤੂੰ ਤਾਂ ਪੀਂਦੀ ਨਹੀਂ ਆ। ਓਹੋ ਮੰਮੀ ਜੀ, ਮੈਂ ਨਾ ਹੁਣ ਕੌਫੀ ਪੀਆ ਕਰਨੀ ਆ, ਨਾਲ ਮੈਂ ਯੂਟਿਊਬ 'ਤੇ ਦੇਖਿਆ ਸੀ ਕਿ ਕੌਫੀ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਆ, ਐਕਟਿਵ ਰਹਿੰਦਾ ਬੰਦਾ ਇਹਦੇ ਨਾਲ, ਅਤੇ ਮੈਂ ਸੋਚਣੀ ਤੁਹਾਨੂੰ ਵੀ ਨਾ ਕੌਫੀ ਦਿਆ ਕਰਨੀ ਅੱਜ ਤੋਂ ਬਾਅਦ, ਚਾਹ ਨਹੀਂ ਪੀਆ ਕਰਨੀ ਆਪਾਂ। ਨਹੀਂ, ਮੈਂ ਕੌਫੀ ਤੋਂ ਬਿਨਾਂ ਹੀ ਐਕਟਿਵ ਹਾਂ, ਤੂੰ ਮੈਂ ਸਾਰਾ ਕੰਮ ਇੱਦਾਂ ਹੀ ਕਰ ਲੈਂਦੀ ਹਾਂ। ਜਾ ਤੂੰ ਮੈਨੂੰ ਘੁੱਟ ਚਾਹ ਬਣਾ ਕੇ ਲਿਆ ਦੇ। ਠੀਕ ਆ ਮੰਮੀ, ਬਣਾ ਦੇਣੀ, ਤੁਸੀਂ ਨਾ ਆਪਣੀ ਸੋਚ ਬਦਲੋ ਕਿਤੇ, ਤੁਸੀਂ ਚਾਹ ਜੋਗੇ ਰਹੋ।
ਹੈਲੋ ਹੈਲੋ ਹਾਂ ਕਿਰਨ, ਕੀ ਹਾਲ ਹੈ? ਵਧੀਆ, ਤੂੰ ਸੁਣਾ ਸੰਦੀਪ, ਕੀ ਹਾਲ ਹੈ? ਮੇਰਾ ਵੀ ਵਧੀਆ ਵਾ। ਅੱਜ ਕਿੱਦਾਂ ਚੇਤਾ ਕਰ ਲਿਆ? ਬਸ ਮੈਂ ਇੱਧਰ ਧਾਰੀਵਾਲ ਵਾਲੀ ਸਾਈਡ 'ਤੇ ਆਈ ਸੀ, ਮੈਂ ਸੋਚਿਆ ਤੁਹਾਨੂੰ ਮਿਲ ਕੇ ਜਾਵਾਂ। ਅੱਛਾ ਚੱਲ ਠੀਕ ਹੈ, ਬਹੁਤ ਵਧੀਆ ਗੱਲ ਆ। ਤੂੰ ਆ ਜਾ ਫਿਰ, ਕਦੋਂ ਕੁ ਤੱਕ ਆਏਂਗੀ? ਬਸ ਮੈਂ ਹੁਣੇ ਆ ਜਾਣਾ ਥੋੜ੍ਹੇ ਟਾਈਮ ਤੱਕ ਹੀ। ਚੱਲ ਠੀਕ ਆ, ਓਕੇ ਓਕੇ। ਲੱਗਦਾ ਕਿਰਨ ਆ ਗਈ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ? ਵਧੀਆ, ਤੁਸੀਂ ਸੁਣਾਓ? ਵਧੀਆ। ਚੱਲ ਆ ਜਾ ਅੰਦਰ, ਆ ਜਾ। ਹੁਣ ਦੱਸ, ਚਾਹ ਲਿਆਵਾਂ ਕਿ ਕੌਫੀ ਲਿਆਵਾਂ ਤੇਰੇ ਵਾਸਤੇ? ਬਸ ਕੁਛ ਨਹੀਂ ਚਾਹੀਦਾ ਮੈਨੂੰ। ਨਹੀਂ ਚਾਹੀਦਾ ਕਿਉਂ ਨਹੀਂ? ਕੁਝ ਵੀ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਨਹੀਂ ਬਸ ਬੈਠ ਜਾ, ਕੁਛ ਨਹੀਂ ਚਾਹੀਦਾ, ਆਪਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ। ਚੱਲ ਠੀਕ ਆ, ਥੋੜ੍ਹੇ ਟਾਈਮ ਬਾਅਦ ਫਿਰ ਮੈਂ ਚਾਹ ਬਣਾਵਾਂਗੀ। ਤੂੰ ਮੈਨੂੰ ਦੱਸ ਕਿਹੜੇ ਕੰਮ ਆਈ ਸੀ? ਮੈਂ ਇੱਧਰ ਗੁਰਦਾਸਪੁਰ ਗਈ ਸੀ, ਮੈਂ ਸੋਚਿਆ ਲੰਘਦੇ ਲੰਘਦੇ ਮਿਲ ਜਾਵਾਂ। ਚੱਲ ਠੀਕ ਹੈ, ਇਹ ਤਾਂ ਬਹੁਤ ਵਧੀਆ ਕੀਤਾ ਤੂੰ। ਨਾਲੇ ਮੈਨੂੰ ਦੱਸ ਸੰਦੀਪ, ਭਾਅ ਜੀ ਕੀ ਕਰਦੇ ਆ? ਭਾਅ ਜੀ ਤੇਰੇ ਉਹ ਨਾ ਪ੍ਰਾਈਵੇਟ ਜੋਬ ਕਰਦੇ ਆ, ਅਤੇ ਇਸ ਟਾਈਮ ਉਹ ਡਿਊਟੀ 'ਤੇ ਨੇ। ਅੱਛਾ, ਅਤੇ ਘਰ ਕੋਈ ਦਿਸ ਨਹੀਂ ਰਿਹਾ, ਸਾਰੇ ਕਿੱਥੇ ਗਏ ਨੇ? ਘਰ ਵੈਸੇ ਮੈਂ ਤਾਂ ਮੰਮੀ ਰਹਿੰਦੇ, ਪਰ ਅੱਜ ਨਾ ਉਹ ਮਾਸੀ ਜੀ ਕੋਲ ਗਏ ਆ, ਕੰਮ ਹੀ ਉਹਨਾਂ ਨੂੰ ਕੋਈ। ਅੱਛਾ ਕਿਰਨ, ਤੂੰ ਨਾ ਮੈਨੂੰ ਇੱਕ ਗੱਲ ਦੱਸ, ਮੈਨੂੰ 14-15 ਦਿਨ ਹੋ ਗਏ ਆ ਇੱਕ ਫੇਸ ਪੈਕ ਯੂਜ਼ ਕਰਦੀ ਨੂੰ। ਉਹ ਮੈਂ ਨੈੱਟ 'ਤੇ ਵੇਖਿਆ ਸੀ ਕਿ ਉਹਨਾਂ ਗਲੋ ਆ ਜਾਂਦਾ ਫੇਸ 'ਤੇ, ਪਰ ਮੈਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਉਹਦੇ ਨਾਲ। ਉਹਦੇ ਵਿੱਚ ਨਾ ਬੇਸਨ ਅਤੇ ਐਲੋਵੀਰਾ ਯੂਜ਼ ਕਰੀਦਾ ਵਾ। ਉਹਨਾਂ ਜੋ ਜੋ ਕਿਹਾ ਨਾ, ਮੈਂ ਸਾਰਾ ਕੁਝ ਕਰਕੇ ਵੇਖ ਲਿਆ, ਪਰ ਮੈਨੂੰ ਫਰਕ ਨਹੀਂ ਪਿਆ। ਓਹੋ ਸੰਦੀਪ, ਤੈਨੂੰ ਕਿਹਨੇ ਕਿਹਾ ਦੇਸੀ ਨੁਸਖਿਆਂ ਨਾਲ ਫਰਕ ਪੈਂਦਾ? ਮੈਂ ਤੈਨੂੰ ਇੱਕ ਔਨਲਾਈਨ ਪ੍ਰੋਡਕਟ ਦੱਸਦੀ ਹਾਂ ਜਿਹਦੇ ਨਾਲ ਤੇਰੇ ਹਫ਼ਤੇ ਦੇ ਵਿੱਚ ਹੀ ਫਰਕ ਪੈ ਜਾਣਾ ਹੈ। ਅੱਛਾ, ਹਫ਼ਤੇ 'ਚ ਹੀ? ਹਾਂ ਹਾਂ ਸੰਦੀਪ, ਹਫ਼ਤੇ 'ਚ ਹੀ ਤੈਨੂੰ ਫਰਕ ਪਤਾ ਲੱਗ ਜਾਣਾ ਹੈ। ਅੱਛਾ, ਅਤੇ ਪ੍ਰੋਡਕਟ ਮਿਲਣਾ ਕਿੱਥੋਂ? ਇਹ ਔਨਲਾਈਨ ਹੀ ਮਿਲਣਾ, ਆਹ ਤੈਨੂੰ ਮੈਂ ਦਿਖਾਉਂਦੀ ਹਾਂ। ਮੈਂ ਅੱਜ ਹੀ ਔਡਰ ਕਰ ਦੇਣਾ, ਕਿਉਂਕਿ ਜੇ ਮੰਮੀ ਨੂੰ ਅਤੇ ਤਜਿੰਦਰ ਨੂੰ ਕਿਹਾ ਨਾ, ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ, ਉਹਨਾਂ ਨੇ ਕਹਿਣਾ ਤੂੰ ਕੀ ਔਡਰ ਕਰਦੀ ਰਹਿੰਦੀ ਆ। ਅਤੇ ਤੂੰ ਬੈਠ, ਮੈਂ ਚਾਹ ਬਣਾ ਕੇ ਲਿਆਉਣੀ ਤੇਰੇ ਵਾਸਤੇ। ਚੱਲ ਠੀਕ ਹੈ। ਸੰਦੀਪ ਨਾ ਆਈ ਆ? ਹਾਂਜੀ ਮੰਮੀ, ਨਾ ਆਈ ਆ। ਇੰਨਾ ਟਾਈਮ ਲਾ ਕੇ ਆਈ ਆ? ਤਾਂ ਮੰਮੀ ਤੁਹਾਨੂੰ ਪਤਾ ਹੀ ਆ, ਪਹਿਲਾਂ ਮੈਂ ਬ੍ਰਸ਼ ਕਰਨਾ ਹੁੰਦਾ, ਫਿਰ ਮੈਂ ਫੇਸ ਪੈਕ ਲਗਾਉਣਾ, ਅਤੇ ਤੁਹਾਨੂੰ ਪਤਾ ਫੇਸ ਪੈਕ ਨੂੰ ਵੀ 10-15 ਮਿੰਟ ਚਾਹੀਦਾ ਹੀ ਹੈ ਨਾ ਵੇਟ ਨੂੰ। ਆਹੋ, ਇਹਦੇ 'ਚ ਨਾਗਾ ਨਹੀਂ ਤੇਰਾ ਪੈਣਾ ਚਾਹੀਦਾ, ਹੋਰ ਕੰਮ ਰਹਿ ਜਾਣ ਤਾਂ ਰਹਿ ਜਾਣ। ਤਾਂ ਕੰਮ ਵੀ ਤੁਸੀਂ ਕਰਤੇ ਲੈਂਦੇ ਜੇ, ਫਿਰ ਮੈਨੂੰ ਕੀ ਲੋੜ ਆ? ਤੇ ਮੇਰੀ ਗੱਲ ਸੁਣ, ਮੈਂ ਥੱਲੇ ਸਾਰੀ ਸਫਾਈ ਕਰ ਲਈ ਆ, ਅਤੇ ਕੋਠੇ 'ਤੇ ਬੜਾ ਗੰਦ ਪਿਆ ਆ, ਉੱਥੇ ਜਾ ਕੇ ਤਾਂ ਝਾੜੂ ਝੂੜੂ ਮਾਰਿਆ। ਮੰਮੀ ਧੁੱਪ ਵੇਖੋ ਕਿੰਨੀ ਨਿਕਲੀ ਬਾਹਰ, ਅਤੇ ਤੁਸੀਂ ਇੱਦਾਂ ਕਰਨਾ ਸੀ, ਤੁਸੀਂ ਉੱਤੋਂ ਕਰ ਲੈਂਦੇ ਅਤੇ ਮੈਂ ਥੱਲੇ ਕਰ ਲੈਂਦੀ ਸਫਾਈ। ਹੁਣ ਮੈਂ ਧੁੱਪੇ ਨਹੀਂ ਜਾਣਾ ਹੈਗਾ।
ਉਹ ਤਾਂ ਮੈਨੂੰ ਪਹਿਲੇ ਪਤਾ ਸੀ ਵੀ ਤੈਨੂੰ ਨਾ ਬਸ ਬਹਾਨੇ ਚਾਹੀਦੇ ਆ, ਤੂੰ ਨਾ ਕਰਨੀ ਕਰਨੀ ਹੁੰਦੀ ਆ। ਮੰਮੀ ਇਹ 'ਚ ਬਹਾਨਾ ਕਾਹਦਾ ਵਾ, ਜੇ ਬਹੁਤੀ ਗੱਲ ਆ ਨਾ ਤੁਸੀਂ ਕੱਲ੍ਹ ਉੱਤਰ ਸਫਾਈ ਕਰ ਦਿਓ ਅਤੇ ਮੈਂ ਥੱਲਿਓਂ ਕਰ ਦਾਂਗੀ। ਚੰਗਾ, ਜਾਂ ਚਾਹ ਬਣੀ ਆ ਤਾਂ ਪੀ ਲਾ ਜਾ ਕੇ। ਚਲੋ ਠੀਕ, ਮੈਂ ਪੀ ਕੇ ਆਉਣੀ ਚਾਹ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਸਿੰਮੀ, ਕੀ ਹਾਲ ਆ? ਠੀਕ ਆ। ਆ ਜਾ। ਸੰਦੀਪ ਪਾਣੀ ਲੈ ਕੇ ਆ, ਸਿੰਮੀ ਆਈ ਆ। ਹਾਂਜੀ ਆਣੀ ਆ। ਹੋਰ ਸੁਣਾ ਤੂੰ, ਠੀਕ ਆ? ਹਾਂ ਹਾਂ ਵਧੀਆ, ਤੁਸੀਂ ਦੱਸੋ? ਹਾਂ ਵਧੀਆ ਵਧੀਆ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਆ। ਆਲੇ ਪਾਣੀ ਘਰ ਠੀਕ ਠਾਕ ਸਭ? ਹਾਂ ਵਧੀਆ, ਤੁਸੀਂ ਦੱਸੋ? ਸਭ ਵਧੀਆ। ਜਾ ਸੰਦੀਪ ਚਾਹ ਬਣਾ ਲਿਆ। ਹਾਂਜੀ ਲੈ ਕੇ ਆਉਣੀ ਚਾਹ। ਕਿੱਦਾਂ ਰਹੇਗੀ ਹੁਣ ਦੋ ਕੁ ਦਿਨ? ਹਾਂ ਰਹਿਣਾ ਮੰਮੀ ਥੋੜ੍ਹੇ ਦਿਨ। ਅੱਛਾ ਅੱਛਾ, ਆਹ ਕੀ ਲਿਆਂਦਾ ਆ? ਇਹ ਨਾ ਮੰਮੀ ਪ੍ਰੋਡਕਟ ਆ, ਭਾਬੀ ਨੇ ਮੰਗਵਾਏ ਸੀ ਔਨਲਾਈਨ, ਅਤੇ ਮੈਂ ਕਿਹਾ ਚੱਲ ਮੈਂ ਆਉਣਾ ਹੀ ਆ ਦੋ ਕੁ ਦਿਨ ਰਹਿਣ ਅਤੇ ਨਾਲੇ ਮਿਲ ਆਉਂਦੀ ਹਾਂ ਅਤੇ ਨਾਲੇ ਇਹ ਦੇ। ਆ ਵੀ ਮੂੰਹ 'ਤੇ ਲਾਉਣ ਵਾਲੇ ਆ? ਹਾਂ। ਨਹੀਂ ਦੱਸ, ਅੱਗੇ ਥੋੜ੍ਹਾ ਕੁਛ ਲਾਉਂਦੀ ਆ ਮੂੰਹ 'ਤੇ, ਅਤੇ ਆਹ ਫਿਰ ਮੰਗਵਾ ਲਏ ਆ ਹੋਰ, ਇਹਦਾ ਕੀ ਫਾਇਦਾ ਹੋਣਾ ਦੱਸ? ਪਤਾ ਨਹੀਂ ਮੰਮੀ, ਮੈਂ ਤਾਂ ਆਪ ਨਹੀਂ ਕਦੇ ਵਰਤੇ। ਭਾਬੀ ਕਹਿਣ ਡੀ ਸੀ ਵੀ ਮੈਂ ਨਾ ਔਨਲਾਈਨ ਕਦੇ ਚੀਜ਼ ਨਹੀਂ ਕੋਈ ਮੰਗਵਾਈ, ਅਤੇ ਚੱਲ ਤੂੰ ਮੈਨੂੰ ਮੰਗਵਾ ਦੇ। ਸੰਦੀਪ ਗੱਲ ਸੁਣ ਮੇਰੀ। ਹਾਂਜੀ ਮੰਮੀ। ਆ ਕੀ ਮੰਗਵਾ ਲਿਆ ਤੂੰ ਫਿਰ? ਲਾਏ ਦੀਦੀ ਤੁਸੀਂ, ਇਹ ਨਾ ਉਹ ਫੇਸ ਪੈਕ ਆ ਮੂੰਹ 'ਤੇ ਲਗਾਉਣ ਵਾਲੇ ਸਾਰੇ ਕਰੀਮਾਂ ਕਰੂਮਾਂ। ਆਹ ਲਾ ਲਾ ਕੇ ਨਾ ਤੂੰ ਆਪਣੇ ਮੂੰਹ ਦਾ ਸੱਤਿਆਨਾਸ ਕਰ ਲੈਣਾ, ਵੇਖ ਲਈ। ਮੰਮੀ ਸੱਤਿਆਨਾਸ ਕਾਹਦਾ ਹੋਣਾ, ਇਹਨਾਂ ਫੇਸ 'ਤੇ ਗਲੋ ਆਉਂਦਾ ਵਾ, ਮੇਰੀ ਫਰੈਂਡ ਦੱਸ ਕੇ ਗਈ ਸੀ। ਸਵਾਹ ਗਲੋ ਆਉਣਾ ਆ, ਅੱਗੇ ਤੂੰ ਇੰਨਾ ਕੁਛ ਲਾਉਣੀ ਆ ਤਾਂ ਤਾਂ ਤੇਰੇ ਗਲੋ ਆਇਆ ਨਹੀਂ, ਇੰਨਾ ਨਾ ਹੁਣ ਕੀ ਗਲੋਣਾ ਆਉਣਾ? ਤਾਂ ਹੀ ਤਾਂ ਮੈਂ ਆਹ ਚੀਜ਼ਾਂ ਮੰਗਾਈਆਂ, ਉਹਦੇ ਨਾਲ ਤਾਂ ਕੋਈ ਫਾਇਦਾ ਹੋਇਆ ਨਹੀਂ ਵੇਸਣ ਵੂਸਣ ਨਾਲ, ਮੈਂ ਕਿਹਾ ਚੱਲ ਕਰੀਮਾਂ ਯੂਜ ਕਰਕੇ ਦੇਖ ਲੈਂਦੀ ਹਾਂ, ਨਾਲੇ ਨਾ ਮੈਂ ਉਹਦੇ ਕੋਲ ਚੰਗੀ ਤਰ੍ਹਾਂ ਪੁੱਛਿਆ, ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਤੁਹਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ, ਮੈਂ ਚਾਹ ਲੈ ਕੇ ਆਉਣੀ। ਮੰਮੀ ਪਹਿਲਾਂ ਕੀ ਲਾਉਂਦੀ ਭਾਬੀ ਮੂੰਹ 'ਤੇ? ਨਹੀਂ ਬਥੇਰਾ ਕੁਛ ਲਾਉਂਦੀ ਆ, ਕਦੀ ਵੇਸਣ ਲਾਉਂਦੀ, ਕਦੀ ਨਿੰਬੂ ਲਾਉਂਦੀ, ਕਦੀ ਕੁਆਰ ਗੰਦਲ ਲਿਆ ਕੇ ਤਾਂ ਮੈਂ ਦਿੰਦੀ ਇਹਨੂੰ ਲੋਕਾਂ ਦੇ ਘਰੋਂ। ਇਹਨੇ ਤਾਂ ਬੜਾ ਦੁਖੀ ਕੀਤਾ ਆ, ਪਤਾ ਨਹੀਂ ਕੀ ਕੀ ਲਾਉਂਦੀ ਰਹਿੰਦੀ, ਫਿਰ ਘੰਟਾ ਘੰਟਾ ਲੱਗੀ ਰਹਿੰਦੀ ਆ ਬਾਥਰੂਮ 'ਚ ਵੜੀ ਰਹਿੰਦੀ ਆ। ਨਹੀਂ ਇੰਨਾ ਟਾਈਮ ਹੁੰਦਾ ਇਹਦੇ ਕੋਲ? ਮੈਨੂੰ ਤਾਂ ਕਿਤੇ ਉੱਥੇ ਮਾਸਾ ਟਾਈਮ ਨਹੀਂ ਮਿਲਦਾ ਇਹ ਕੰਮ ਕਰਨ ਨੂੰ। ਇਹਨੇ ਕੀ ਕਰਨਾ ਹੁੰਦਾ ਆ, ਕੰਮ ਤਾਂ ਕੋਈ ਘਰ ਦਾ ਕਰਨਾ ਨਹੀਂ ਆ, ਸਾਰਾ ਕੰਮ ਮੈਂ ਹੀ ਕਰਦੀ ਹਾਂ। ਅੱਛਾ, ਇਹ ਇਸੇ ਕੰਮਾਂ ਵਿੱਚ ਹੀ ਆ ਬਸ। ਮੂੰਹ 'ਤੇ ਪਤਾ ਨਹੀਂ ਕਿਹੜੀ ਗਲੋ 'ਤੇ ਕਦੀ ਆਈ ਵੇਖੀ ਨਹੀਂ ਮੈਂ ਇਹਦੇ ਮੂੰਹ 'ਤੇ। ਮੰਮੀ ਜੀ ਮੈਂ ਨਾ ਚਾਹ ਅੰਦਰ ਜਾ ਕੇ ਪੀਨੀ ਆ। ਲੈ ਭਾਬੀ ਅੰਦਰ ਕਿਉਂ ਚਾਹ, ਇੱਥੇ ਬਹਿ ਕੇ ਪੀ ਲਾ। ਨਹੀਂ ਕੋਈ ਨਹੀਂ, ਅੰਦਰ ਪੀ ਲੈਂਦੀ, ਇੱਥੇ ਤੁਸੀਂ ਪੀ ਲਓ। ਬਹਿ ਸੰਦੀਪ, ਇੱਥੇ ਬਹਿ ਕੇ ਪੀ ਹਾਂ ਅਤੇ ਨਾਲੇ ਮੂੰਹ ਕਿਉਂ ਢੱਕਿਆ ਆ? ਮੂੰਹ ਖੋਲ ਆਪਣਾ,
ਚਾਹ ਕਿੱਦਾਂ ਪੀਣੀ ਆ ਤੂੰ? ਆ ਲਾ ਮੂੰਹ ਤੋਂ ਚੁੰਨੀ। ਮੀਆਂ ਮੂੰਹ ਤੇ ਕੀ ਕਰ ਲਿਆ ਤੂੰ? ਸਾਰਾ ਮੂੰਹ ਖਰਾਬ ਹੋ ਗਿਆ ਤੇਰਾ। ਮੰਮੀ ਜੀ, ਉਹ ਜੇ ਮੈਂ ਨਵੇਂ ਪ੍ਰੋਡਕਟ ਨਹੀਂ ਮੰਗਾਏ, ਉਹਦੇ ਨਾਲ ਮੈਨੂੰ ਲੱਗਦਾ ਸਾਈਡ ਇਫੈਕਟ ਹੋ ਗਿਆ ਵਾ। ਸਾਰੇ ਮੂੰਹ 'ਤੇ ਰਿਐਕਸ਼ਨ ਹੋ ਗਈ ਮੇਰੇ। ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਵੀ ਨਾ ਆ ਪਖੰਡ ਕਰਿਆ ਕਰ, ਪਤਾ ਨਹੀਂ ਕਿੰਨਾ ਪੈਸਾ ਤੂੰ ਬਰਬਾਦ ਕਰ ਛੱਡਿਆ। ਤਾਂ ਹੁਣ ਵੇਖਿਆ ਮੂੰਹ ਖਰਾਬ ਕਰਕੇ ਤਾਂ ਬਹਿ ਗਈ ਆ। ਮੈਨੂੰ ਕੀ ਪਤਾ ਸੀ ਕਿ ਇਹਦੇ ਨਾਲ ਫੇਸ ਖਰਾਬ ਹੋ ਜਾਣਾ ਵਾ। ਭਾਬੀ, ਜਿਹੜੇ ਇੱਦਾਂ ਦੇ ਸ਼ੋਰਟਕੱਟ ਹੁੰਦੇ ਆ ਨਾ, ਉਹਨਾਂ ਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਨਾ, ਇਹ ਹਰ ਇੱਕ ਨੂੰ ਨਹੀਂ ਸੂਟ ਕਰਦੀਆਂ। ਸੰਦੀਪ, ਤੂੰ ਆਉਂਦੀ ਸੀ ਨਾ, ਮੈਂ ਆਪਣੇ ਮੂੰਹ ਦੀ ਕੇਅਰ ਕਰਦੀ ਹਾਂ। ਕੇਅਰ ਨਹੀਂ ਤੂੰ ਕਰਦੀ ਸੀ, ਆਪਣੇ ਮੂੰਹ ਦੀ ਲਾਪਰਵਾਹੀ ਕੀਤੀ ਆ ਤੂੰ। ਮੰਮ ਜੀ, ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇੱਦਾਂ ਹੋਏਗਾ। ਮੈਂ ਤਾਂ ਆਪ ਬੜੀ ਪਛਤਾਉਂਦੀ ਹੋਈ ਨਾ, ਹੁਣ ਕੀ ਕਰਾਂ ਮੈਂ ਆਪਣੇ ਮੂੰਹ ਦਾ, ਕਿੱਦਾਂ ਠੀਕ ਕਰਾਂ ਇਹਨੂੰ। ਚੱਲ ਭਾਬੀ, ਹਜੇ ਕੁਛ ਨਹੀਂ ਵਿਗੜਿਆ, ਹਜੇ ਤਾਂ ਥੋੜ੍ਹੇ ਦਿਨ ਹੀ ਹੋਏ ਆ। ਹੁਣ ਨਾ ਤੂੰ ਇੱਦਾਂ ਕਰਿਆ ਕਰ, ਨੈਚੁਰਲ ਚੀਜ਼ਾਂ ਕਰਿਆ ਕਰ, ਸੈਰ ਸੂਰ ਕਰਿਆ ਕਰੋ, ਨਾਲੇ ਨਾ ਗ੍ਰੀਨ ਸੈਲਡ ਵੱਧ ਖਾਇਆ ਕਰੋ, ਪਾਣੀ ਪੂਣੀ ਪੀਆ ਕਰੋ। ਇੱਦਾਂ ਕਰਨ ਨਾਲ ਨਾ ਤੁਹਾਡਾ ਫੇਸ ਆਪੇ ਸਹੀ ਹੋ ਜਾਏਗਾ। ਚਲੋ ਠੀਕ ਹੈ ਦੀਦੀ, ਅੱਜ ਫਿਰ ਆਪਾਂ ਨਾ ਸਾਰੇ ਜਾਵਾਂਗੇ ਸੈਰ ਕਰਨ। ਹਾਂ ਹਾਂ ਸੰਦੀਪ, ਤਿੰਨੇ ਜਾਣੇ ਜਾਵਾਂਗੇ। ਚਲੋ ਠੀਕ ਹੈ।